ਹੈਲੋ, ਮੇਰਾ ਨਾਮ ਚੌਧਰੀ ਹਰਜਿੰਦਰ ਨਿੱਜਰ ਹੈਗਾ। ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਮੈਂ ਵੀਡੀਓ ਬਣਾ ਰਿਹਾ ਮਿੱਟੀ ਮੁਸਲਮਾਨ ਦੀ ਪਈ ਪੇੜੇ ਕਮਿਆਰ। ਅਤੇ ਪਹਿਲੇ ਦੋ ਵੀਡੀਓ 'ਚ ਮੈਂ ਦੱਸਿਆ ਹੈਗਾ ਕਿ ਜਿਹੜਾ ਜਿਹਨਾਂ 'ਚ ਆਦਮੀ ਇਨਸਾਨ ਦਾ ਪੁੱਤਰ ਨਹੀਂ ਬਣਦਾ ਉਹਨਾਂ ਚਿਰ ਉਹ ਮੁਸਲਮਾਨ ਨਹੀਂ ਬਣ ਸਕਦਾ। ਜੇ ਆਦਮੀ ਸ਼ੈਤਾਨ ਦਾ ਪੁੱਤਰ ਬਣੇਗਾ ਤਾਂ ਸ਼ੈਤਾਨ ਦਾ ਪੁੱਤਰ ਬਣੇਗਾ, ਉਹ ਹਰਾਮੀ ਹੋਏਗਾ ਅਤੇ ਹਰਾਮੀਆਂ ਵਾਲੇ ਕੰਮ ਕਰੇਗਾ। ਉਹਨਾਂ ਨੂੰ ਇਹ ਜਨੂਨੀ ਜਿਹੜੇ ਹੁੰਦੇ ਨੇ ਇਹ ਹਰਾਮੀਆਂ ਵਾਲੇ ਕੰਮ ਕਰਦੇ ਨੇ, ਜਿਵੇਂ ਕਿ ਕੋਈ ਸਿੱਖ ਕੌਮ ਬਣਾ ਲੈਂਦੇ ਨੇ ਜਾਂ ਮੁਸਲਮਾਨ ਕੌਮ, ਹਿੰਦੂ ਕੌਮ, ਕੌਮਾਂ ਦੇ ਘਰ ਹੁੰਦੇ ਨੇ। ਫਿਰ ਇਹ ਚਾਹੁੰਦੇ ਨੇ ਕਿ ਉੱਥੇ ਜ਼ਮੀਨ 'ਤੇ ਕਰੀਏ ਕਬਜ਼ਾ, ਜਾਂ ਉੱਥੇ ਬਣਾ ਲਈਏ ਖਾਲਿਸਤਾਨ ਬਣਾ ਲਈਏ, ਜਾਂ ਪਾਕਿਸਤਾਨ ਬਣ ਗਿਆ ਹੈ ਜਿੱਦਾਂ ਹੁਣ, ਜਾਂ ਹੋਰ ਹਿੰਦੁਸਤਾਨ ਬਣ, ਹਿੰਦੂਆਂ ਦਾ ਬਣ ਜਾਵੇ। ਇਹ ਮੁਲਕ ਜਿਹੜੇ ਹੁੰਦੇ ਕੌਮਾਂ ਦੇ ਹੁੰਦੇ ਨੇ, ਇਹ ਮਜ਼ਹਬਾਂ ਦੇ ਨਹੀਂ ਹੁੰਦੇ। ਇਸ ਕਰਕੇ ਜਿਹੜੇ ਇਨਸਾਨ ਆਪਣੇ ਪਿਓ ਦਾ ਬਣੇ ਰਹਿੰਦੇ ਹੁੰਦੇ ਨੇ ਉਹ ਇਨਸਾਨ ਦੇ ਪੁੱਤਰ ਹੁੰਦੇ ਨੇ, ਅਤੇ ਜਿਹੜੇ ਪਿਓ ਨੂੰ ਛੱਡ ਦੇਣ ਅਤੇ ਆਪਣੇ ਹੋਰ ਹੀ ਸਰਨੇਮ ਬਣਾਈ ਫਿਰਨ ਜਾਂ ਹੋਰ ਆਪਣੀਆਂ ਕੌਮਾਂ ਬਦਲੀ ਜਾਣ, ਜਿੱਦਾਂ ਖੱਤਰੀ ਜਦੋਂ ਇਹ ਮੁਹੰਮਦਨ ਬਣੇ ਇਹ ਸ਼ੇਖ ਕਲਾਉਣ ਲੱਗੇ, ਪਰ ਆਪਣੇ ਜਿਹੜੇ ਸ਼ਿਜਰੇ ਸੀ ਉਹ ਲੁਕੋ ਕੇ ਰੱਖਦੇ ਹੁੰਦੇ ਸੀਗੇ, ਅਤੇ ਜਦੋਂ ਵਿਆਹ ਸ਼ਾਦੀ ਹੋਣੀ ਉਦੋਂ ਉਹਨਾਂ ਨੇ ਕੱਢਣੇ। ਜਿਹੜੇ ਆਮ ਲੋਕ ਸੀ ਉਹਨਾਂ ਨੂੰ ਇੰਨਾ ਨਹੀਂ ਸੀ ਇਲਮ, ਉਹਨਾਂ ਨੇ ਆਪਣੇ ਬਦਲ ਲਏ, ਕੌਮਾਂ ਬਦਲ ਲਈਆਂ। ਜਿੱਦਾਂ ਰਾਈ ਸੀਗੇ ਇਹ ਜਿਹੜੇ ਹੈਗੇ ਰਾਈ ਸੈਨੀ ਹੈਗੇ, ਸੈਨੀਆਂ ਤੋਂ ਬਣੇ ਮੁਹੰਮਦਨ ਰਾਈ, ਜੁਲਾਹੇ ਸੈਯਦ ਬਣ ਗਏ। ਅਤੇ ਇਸ ਤਰ੍ਹਾਂ ਜਿਹੜੇ ਜੱਟ ਹੀ ਸੀਗੇ ਜਿਹੜੇ ਕਿ ਜਿਨ੍ਹਾਂ ਨੇ ਆਪਣੀ ਕੌਮ ਨਹੀਂ ਬਦਲੀ, ਜੱਟ ਮੁਹੰਮਦਨ ਬਣੇ ਅਤੇ ਜੱਟ ਹੀ ਰਹੇ। ਅਤੇ ਇਹਨਾਂ 'ਚ ਜ਼ਮੀਰ ਹੈਗੀ ਅਤੇ ਇਹ ਇਨਸਾਨੀਅਤ ਦਾ ਕੰਮ ਕਰਨਗੇ, ਲੇਕਿਨ ਜਿਨ੍ਹਾਂ ਨੇ ਬਦਲੇ ਆਪਣੇ ਕੌਮਾਂ ਬਦਲ ਲਈਆਂ ਉਹ ਸ਼ੈਤਾਨ ਦੇ ਪੁੱਤਰ ਬਣ ਜਾਂਦੇ, ਅਤੇ ਉਹਨਾਂ 'ਚ ਜਿਹੜੀ ਇਨਸਾਨੀਅਤ ਘੱਟ ਹੁੰਦੀ ਹੈਗੀ। ਉਹਨਾਂ ਜੇ ਕੁਦਰਤੀ ਕੋਈ ਅੱਲਾ ਹੀ ਮਿਹਰ ਕਰੇ ਤਾਂ ਹੁੰਦੀ ਨਹੀਂ, ਤਾਂ ਆਮ ਤੌਰ 'ਤੇ ਉਹ ਵੀ ਸ਼ੈਤਾਨੀ ਵਾਲੀ ਕਹਿੰਦੇ ਵੀ ਸੀ, ਹੁਣ ਲੁੱਟਮਾਰੀ ਕਰ ਲਈਏ। ਜਿਹੜਾ ਸ਼ੈਤਾਨ ਹੈਗਾ ਉਹ ਲੁੱਟਮਾਰ ਕਰਦਾ ਹੈਗਾ, ਜਿਹੜਾ ਇਨਸਾਨ ਦਾ ਪੁੱਤਰ ਹੈਗਾ ਉਹ ਨਹੀਂ ਕਿਸੇ ਦਾ ਹੱਕ ਖੋਹਦਾ, ਉਹ ਹੱਕ ਲਾਲ ਦੀ ਕਮਾਈ ਕਰਦਾ ਹੈਗਾ। ਅਤੇ ਉਹੀ ਮੁਸਲਮਾਨ ਬਣ ਸਕਦਾ ਜਿਹੜਾ ਕਿ ਹੱਕ ਲਾਲ ਦੀ ਕਮਾਈ ਕਰੇ, ਲੇਕਿਨ ਜਿਹੜਾ ਸ਼ੈਤਾਨ ਉਹ ਨਹੀਂ ਮੁਸਲਮਾਨ ਬਣ ਸਕਦਾ, ਉਹ ਮੁਹੰਮਦਨੀ ਸੁਨਤ ਨਾਲ ਬਣਦਾ ਹੈਗਾ। ਅਤੇ ਇਹਨਾਂ 'ਚ ਮੁਹੰਮਦਾਂ 'ਚ ਜਦੋਂ ਹੈਗਾ ਵੀ ਕਈ ਤਾਂ ਲੋਕ ਐਸੇ ਸ਼ੈਤਾਨ ਹੈਗੇ ਕਿ ਆਪਣਾ ਜਿਹੜਾ ਸਰਨੇਮ ਹੀ ਨਹੀਂ ਉਹ ਲਿਖਦੇ ਬਿਲਕੁਲ ਹੀ, ਯਾਨੀ ਕਿ ਜੇ ਹੈਗਾ ਮੁਹੰਮਦ ਅਸ਼ਰਫ ਹੈਗਾ ਕਿਸੇ ਦਾ ਨਾਂ, ਅਤੇ ਉਹਦਾ ਜਿਹੜੀ ਔਲਾਦ ਹੋਏਗੀ ਉਹਦਾ ਨਾਂ ਫਿਰ ਕਰ ਦੇਣਗੇ ਅਸ਼ਰਫ ਮੁਹੰਮਦ, ਉਹਦਾ ਬਣਾ ਦੇਣਗੇ ਸਰਨੇਮ, ਅਤੇ ਅਸ਼ਰਫ ਉਹਦਾ ਜਿਹੜਾ ਬਾਕੀ ਦੇ ਨੇਮ ਉਹਦਾ ਦੂਜਾ ਹੋ ਜਾਏਗਾ। ਯਾਨੀ ਕਿ ਪੁਸ਼ਤ ਦਰ ਪੁਸ਼ਤ ਉਹ ਆਪਣਾ ਸਰਨੇਮ ਹੀ ਬਦਲਦੇ ਰਹਿੰਦੇ ਨੇ, ਪਹਿਚਾਣ ਨਹੀਂ ਨਾ ਪਾਵੇ ਲੋਕਾਂ ਨੂੰ। ਅਤੇ ਉਹ ਫਿਰ ਸ਼ਰਾਰਤਾਂ ਖੂਬ ਰਾਜੀ ਕੇ ਕਰਦੇ ਕਿ ਸਾਡੀ ਪਛਾਣ ਤਾਂ ਕਿਸੇ ਨੂੰ ਹੈ ਨਹੀਂ, ਕਿ ਸਾਨੂੰ ਕੋਈ ਸ਼ਰਮ ਤਾਂ ਹੈ ਹੀ ਨਹੀਂ, ਕੌਣ ਸ਼ਰਮ ਦੇਵੇਗਾ, ਜੇ ਹੋਏਗੀ ਜਾਤ ਉਹਦਾ ਤਾਂ ਤਦ ਹੀ ਸ਼ਰਮ ਹੋਏਗੀ। ਇਸ ਕਰਕੇ ਜਿਹੜੀ ਮਿੱਟੀ ਹੈਗੀ ਮੁਸਲਮਾਨ ਦੀ ਉਹ ਹੈਗੀ ਇਹ ਜਿਸਮ। ਜਿੰਨਾ ਚਿਰ ਤੁਸੀਂ ਜਿਸਮ ਦੀ ਪਛਾਣ ਰੱਖਦੇ ਹੈਗੇ ਆ, ਪਛਾਣ ਨਹੀਂ ਖੋਂਦੇ, ਯਾਨੀ ਕਿ ਫਨੈਟਿਕ ਜਾਂ ਹਰਾਮੀ ਨਹੀਂ ਬਣਦੇ, ਉਨਾ ਚਿਰ ਤੁਸੀਂ ਇਨਸਾਨ ਦੇ ਪੁੱਤਰ ਹੈਗੇ ਆ, ਅਤੇ ਤੁਹਾਡੀ ਜਿਹੜੀ ਮਿੱਟੀ ਹੈਗੀ ਇਹੋ ਹੀ ਕਮਿਆਰ, ਪੇੜੇ ਪਈ ਕਮਿਆਰ। ਕਮਿਆਰ ਜਿਹੜਾ ਹੈਗਾ ਬ੍ਰਹਮਾ ਹੈਗਾ, ਜਿਹਨੇ ਜਾਂ ਯਾਵੇ ਦੀ ਕ੍ਰੀਏਟਰ ਆਫ ਮੇਲ ਐਂਡ ਫੀਮੇਲ, ਜਿਹੜਾ ਅੱਲਾ ਹੈਗਾ ਉਹ ਨਹੀਂ ਕ੍ਰੀਏਟਰ ਹੈਗਾ, ਨਾ ਹੈਗਾ ਅਕਾਲ ਪੁਰਖ ਅਤੇ ਨਾ ਹੈਗਾ ਗੋਡ। ਗੋਡ ਸਪਿਰਿਟ ਹੈਗੀ, ਉਹ ਜਿਹੜੀ ਆਪਣੇ ਅੰਦਰ ਚੀਜ਼ ਹੈਗੀ ਜਿਹੜੀ ਆਪਾਂ ਨੂੰ ਬੁਲਾਉਂਦੀ ਹੈਗੀ ਜਾਂ ਲਿਵਿੰਗ ਰੱਖਦੀ ਜਿੰਦਾ ਰੱਖਦੀ ਹੈਗੀ ਰੂਹ, ਇਹ ਅਕਾਲ ਪੁਰਖ ਜਾਂ ਰਾਮ ਦੀ ਅੰਸ਼ ਸੀਗੀ। ਅਤੇ ਇਸ ਕਰਕੇ ਅਕਾਲ ਗੋਡ ਦੀ ਜਿਹੜਾ ਹੁੰਦਾ ਅੱਲਾਹ ਦਾ ਜਿਹੜਾ ਹੁੰਦੀ ਹੈ ਰੂਹ ਉਹ ਅੰਦਰ ਹੁੰਦੀ ਹੈਗੀ, ਅਤੇ ਉਹਦੀ ਪਛਾਣ ਜਿਹੜੀ ਹੈਗੀ
ਉਹਦੀ ਕਰਮਾਂ ਨਾਲ ਪਤਾ ਲੱਗਦਾ ਵੀ ਜਿਹੜੇ ਕਰਮ ਚੰਗੇ ਕਰਨ ਤਾਂ ਪਤਾ ਲੱਗਦਾ ਵੀ ਚੰਗਾ ਆਦਮੀ ਹੈਗਾ, ਜਿਹੜੇ ਉਹ ਨਿਸ਼ਰਤਾਨੀ ਦੇ ਕਰਨੇ ਨੇ ਫਿਰ ਸ਼ੈਤਾਨ। ਅਤੇ ਇਸ ਕਰਕੇ ਜਿਹੜਾ ਹੈਗਾ ਆਪਣੇ ਜਦੋਂ ਆਪਾਂ ਇਨਸਾਨ ਜਨਮ ਲਈ ਤਾਂ ਹੈਗਾ, ਇਹਨੂੰ ਭਗਤ ਕਬੀਰ ਜੀ ਨੇ ਵੀ ਕਿਹਾ ਨਾ ਵੀ ਮਿੱਟੀ ਏਕ ਹੈ ਅਤੇ ਇਹਦੀਆਂ ਸ਼ਕਲਾਂ ਘੁਮਾਰ ਜਿਹੜਾ ਨਾ ਉਹ ਕਈ ਕੋਈ ਘੜਾ ਬਣਾ ਦਿੰਦਾ, ਕੋਈ ਇੱਟਾਂ ਬਣਾ ਦਿੰਦਾ, ਇਸੇ ਤਰ੍ਹਾਂ ਕੋਈ ਆਪਣੇ ਜਿਹੜੀ ਆਪਣੀ ਜੂਨੀ ਹੈਗੀ ਕੋਈ ਇਨਸਾਨ ਦੀ ਜੂਨੀ 'ਚ ਪੈ ਜਾਂਦਾ ਹੈਗਾ, ਜਾਂ ਕੋਈ ਖੋਤਾ ਬਣ ਜਾਂਦਾ ਗਧਾ ਜਾਂ ਆਪਣੇ ਕੁੱਤਾ ਬਿੱਲੀ ਜਾਂ ਕਈ ਕਿਸਮ ਦੇ ਆਦਮੀ ਜਾਂ ਬਣ ਜਾਂਦੇ ਨੇ। ਇਹ ਜਿਹੜਾ ਬ੍ਰਹਮਾ ਹੀ ਹੈਗਾ ਜਿਹੜਾ ਕਿ ਇਹਨਾਂ ਨੂੰ ਬਣਾਉਂਦਾ ਹੈਗਾ। ਅਤੇ ਜਿਹੜੇ ਇਨਸਾਨ ਦੇ ਪੁੱਤਰ ਹੁੰਦੇ ਨੇ ਉਹ ਮਿੱਟੀ ਜਿਹੜੀ ਹੈਗੀ ਉਹ ਵੀ ਆਦਮੀ ਹੁੰਦੇ ਨੇ ਅਤੇ ਸ਼ੈਤਾਨ ਦੇ ਪੁੱਤਰ ਵੀ ਉਸੇ ਮਿੱਟੀ ਦੇ ਹੀ ਆਦਮੀ ਹੁੰਦੇ ਹਨ। ਪਰ ਸ਼ੈਤਾਨ ਦੇ ਪੁੱਤਰ ਧਰਮੀ ਨਾ ਹੋਣ ਕਰਕੇ ਮੁਸਲਮਾਨ ਨਹੀਂ ਬਣ ਸਕਦੇ, ਲੇਕਿਨ ਜਿਹੜੇ ਇਨਸਾਨ ਦੇ ਪੁੱਤਰ ਹੁੰਦੇ ਨੇ ਉਹ ਫਿਰ ਮੁਸਲਮਾਨ ਬਣਦੇ ਨੇ। ਮੁਸਲਮਾਨ ਹੁੰਦਾ ਮੁਸਲਮ ਇਮਾਨ ਵਾਲਾ, ਪੱਕੇ ਇਮਾਨ ਵਾਲਾ। ਅਤੇ ਇਸ ਕਰਕੇ ਪਹਿਲਾ ਜਿਹੜਾ ਹੈਗਾ ਅਸੂਲ ਹੈਗਾ ਕਿ ਆਪਣੇ ਪਿਓ ਨੂੰ ਨਾ ਭੁੱਲੋ, ਆਪਣੀ ਕੌਮ ਨੂੰ ਨਾ ਭੁੱਲੋ। ਇਸ ਕਰਕੇ ਮੁਹੰਮਦ ਸਾਹਿਬ ਨੇ, ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਹੈਗਾ ਕਿ ਜਦੋਂ ਹੱਜ ਆਦਮੀ ਹੱਜ ਜਿਹੜਾ ਹੈਗਾ 12 ਤੋਂ 16 ਸਾਲ ਦੇ ਮੁੰਡਿਆਂ ਲਈ ਹੈਗਾ, ਜਦੋਂ ਹੱਜ ਆਦਮੀ ਕਰਦਾ ਹੈਗਾ ਕਰਕੇ ਹਟਦਾ ਹੈਗਾ ਉਦੋਂ ਕਹਿੰਦੇ ਨੇ ਕਹਿ ਇਸਲਾਮਾ, ਕਹਿ ਕੇ ਮੈਂ ਇਸਲਾਮ ਕਬੂਲ ਕੀਤਾ। ਇੱਥੇ ਇਮਾਨ ਹੱਥ ਨਾ ਟੈਂਟਡ ਯੋਰ ਹਾਰਟ ਯੈਟ, ਇੱਥੇ ਇਮਾਨ ਕੱਚਾ ਨਾ ਪੱਕਾ ਦਿੱਲੀ 'ਚ ਨਹੀਂ ਵੜਿਆ। ਯਾਨੀ ਕਿ ਪਹਿਲਾ ਜਿਹੜਾ ਹੈਗਾ ਅਕਾਲ ਪੁਰਖ ਜਾਂ ਰੱਬ ਦੀ ਜਾਂ ਅੱਲਾ ਦੀ ਮੰਜ਼ਿਲ ਨੂੰ ਸਟੈਪ ਹੈਗਾ ਜਾਂ ਜਿਹੜਾ ਪੌੜੀ ਹੈਗੀ ਉਹ ਹੈਗਾ ਕਿ ਜਿਸ ਜਗ੍ਹਾ ਇਨਸਾਨ ਨੂੰ ਪੈਦਾ ਕੀਤਾ ਉਹ ਨਾ ਭੁੱਲੋ, ਉਹਦੇ ਪੁੱਤਰ ਬਣੇ ਰਹੋ। ਪੁੱਤਰ ਉਹਦੇ ਬਣੋਗੇ ਤਾਂ ਇਨਸਾਨ ਦੇ ਪੁੱਤਰ ਹੋਵੋਗੇ, ਤੁਹਾਨੂੰ ਆਪਣੇ ਖਾਨਦਾਨ ਦੀ ਸ਼ਰਮ ਹੋਏਗੀ ਅਤੇ ਕੋਈ ਇੱਦਾਂ ਗੰਦਾ ਕੰਮ ਨਹੀਂ ਕਰੋਗੇ। ਅਤੇ ਜਿਹੜੇ ਇਨਸਾਨ ਦੇ ਪੁੱਤਰ ਹੁੰਦੇ ਨੇ ਉਹ ਹੈਗੀ ਮਿੱਟੀ ਮੁਸਲਮਾਨ ਦੀ। ਜਿਹੜੇ ਸ਼ੈਤਾਨ ਦੇ ਪੁੱਤਰ ਉਹਦਾ ਮੁਸਲਮਾਨ ਬਣ ਹੀ ਨਹੀਂ ਸਕਦਾ ਨਾ, ਉਹ ਤਾਂ ਫਿਰ ਸ਼ੈਤਾਨ ਹੀ ਹੋਏ ਨਾ, ਉਹ ਮਿੱਟੀ ਨਹੀਂ ਗਿਣੀ ਜਾਂਦੀ। ਇੱਥੇ ਜਿਹੜਾ ਜ਼ਿਕਰ ਮਿੱਟੀ ਦਾ ਹੈਗਾ ਇਹ ਸਿਰਫ ਇਨਸਾਨ ਦੇ ਪੁੱਤਰਾਂ ਲਈ ਹੈਗਾ, ਨਾ ਕਿ ਸ਼ੈਤਾਨ ਦੇ ਪੁੱਤਰਾਂ ਲਈ। ਫਿਰ ਮਿੱਟੀ ਹੈਗੀ ਕੱਚਾ ਭਾਂਡਾ, ਇਹਨੂੰ ਹੁਣ ਪਕਾਉਣਾ ਹੈਗਾ, ਇਹਨੂੰ ਅੱਗ ਦੇ ਵਿੱਚ ਪਾ ਕੇ ਪਕਾਉਣਾ ਹੈਗਾ। ਜਿਹੜਾ ਕੱਚਾ ਇਮਾਨ ਹੁੰਦਾ ਅਤੇ ਇੱਕ ਹੁੰਦਾ ਪੱਕਾ ਇਮਾਨ। ਕੱਚਾ ਇਮਾਨ ਹੁੰਦਾ ਸੱਚ ਬੋਲਣਾ, ਯਾਨੀ ਕਿ ਜੋ ਆਦਮੀ ਦੇਖੇ ਉਹ ਹੀ ਕੁਛ ਬੋਲਣਾ। ਪੱਕਾ ਇਮਾਨ ਹੁੰਦਾ ਹੈਗਾ ਜਦੋਂ ਇਨਸਾਨ ਅੱਲਾ ਦੇ ਪੈਗਾਮ ਨੂੰ ਸੁਣੇ ਅਤੇ ਕਿਸੇ ਦਾ ਹੱਕ ਹਲਾਲ ਹੱਕ ਨਾ ਖੋਵੇ, ਆਪਣੇ ਹੱਕ ਹਲਾਲ ਦੀ ਰੋਟੀ ਕਮਾਵੇ ਅਤੇ ਉਹਨੂੰ ਸਬਰ ਹੋਵੇ, ਇਹ ਨਾ ਕਿਸੇ ਦਾ ਖੋਏ ਨਾ ਮਾਲ। ਜਿਹੜਾ ਆਦਮੀ ਸਬਰ ਵਾਲਾ ਹੈਗਾ ਜਾਂ ਸੰਤੋਖੀ ਹੈਗਾ ਉਹਦਾ ਇਮਾਨ ਪੱਕਾ ਹੁੰਦਾ ਹੈਗਾ। ਜਿਹੜਾ ਪੱਕਾ ਹੋ ਜਾਏ ਉਹਨੂੰ ਕੀ ਕਹੀਦਾ ਮੁਸਲਮਾਨ। ਯਾਨੀ ਕਿ ਜਿਹੜਾ ਗੁਰਮੁਖ ਸਿੱਖ ਹੁੰਦਾ ਹੈਗਾ ਉਹ ਸੱਚਾ ਅਤੇ ਸੰਤੋਖੀ ਹੋਣ ਕਰਕੇ ਅਤੇ ਦਇਆਵਾਨ ਉਹ ਹੁੰਦਾ ਹੈਗਾ ਇੱਕ ਮੁਸਲਮਾਨ। ਇਸ ਕਰਕੇ ਹਰਿਮੰਦਰ ਸਾਹਿਬ ਦੀ ਜਿਹੜੀ ਨੀਂਹ ਰੱਖੀ ਸੀਗੀ ਪੀਰ ਮੀਆਂ ਮੀਰ ਜੀ ਨੇ ਰੱਖੀ ਸੀਗੀ, ਉਹ ਮੁਸਲਮਾਨ ਜਿਹੜੇ ਸਨ ਉਹਨਾਂ 'ਚ ਸਾਰੀਆਂ ਕੁਆਲਿਟੀਆਂ ਸੀਗੀਆਂ, ਸ਼ਰਮਸਾਰ ਸਨ, ਸੱਚੇ ਸਨ, ਸੰਤੋਖੀ ਸਨ ਅਤੇ ਦਇਆਵਾਨ ਸਨ। ਅਤੇ ਇਸ ਕਰਕੇ ਇੱਦਾਂ ਦਾ ਮੁਸਲਮਾਨ ਜਿਹੜਾ ਹੁੰਦਾ ਉਹ ਅੱਲਾ 'ਚ ਅੱਲਾ ਉਹਦੇ 'ਚ। ਅਤੇ ਇਸ ਕਰਕੇ ਜਿਹੜੀ ਨੀਂਹ ਹਰਿਮੰਦਰ ਦੀ ਰੱਖੀ ਸੀ ਇੱਕ ਗੁਰਮੁਖ ਸਿੱਖ ਨੇ ਰੱਖੀ ਸੀਗੀ, ਯਾਨੀ ਕਿ ਗੁਰਮੁਖ ਸਿੱਖ ਅਤੇ ਮੁਸਲਮਾਨ 'ਚ ਕੋਈ ਭੇਦ ਨਹੀਂ ਹੁੰਦਾ। ਅਤੇ ਇਹ ਜਿਹੜੇ ਸ਼ੈਤਾਨ ਖੱਤਰੀ ਹੈਗੇ ਨੇ ਇਹਨਾਂ ਦਾ ਕਲਯੁੱਗ ਹੈਗਾ ਅਤੇ ਇਹਨਾਂ ਦਾ ਕੰਮ ਹੈਗਾ ਕਿ ਤੁਹਾਨੂੰ ਸਿੱਧੇ ਰਾਹ ਨਹੀਂ ਪੈਣ ਦੇਣਾ, ਇਹਨਾਂ ਨੇ ਤੁਹਾਨੂੰ ਨਫ਼ਰਤ ਕਰਾਉਣੀ ਇੱਕ ਦੂਜੇ ਨਾਲ ਤਾਂ ਕਿ ਤੁਸੀਂ ਆਪਸ ਵਿੱਚ ਲੜੋ ਅਤੇ ਮਰੋ ਅਤੇ ਇਹ ਦੇਖਣ ਤਮਾਸ਼ਾ।